ਮੇਰੀ ਡਿਊਟੀ ਲੱਗੀ ਆ ਗੁਰੂ ਰਾਮਦਾਸ ਜੀ ਦੀ ਨਗਰੀ ਨੂੰ, ਗੁਰੂ ਰਾਮਦਾਸ ਜੀ ਦੀ ਨਗਰੀ ਦੇ ਜਿਹੜੇ ਮੁੱਦੇ ਨੇ, ਜਿਹੜੇ ਇੱਥੇ ਮਸਲੇ ਨੇ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ। ਇਸ ਨਗਰੀ ਦਾ ਨਾਂ ਜਿਹੜਾ ਪਹਿਲਾਂ ਹੀ ਬਹੁਤ ਵੱਡਾ ਨਾਂ ਆ, ਪਰ ਸ਼ਹਿਰ ਨੂੰ ਇੱਦਾਂ ਦਾ ਬਣਾਉਣਾ ਕਿ ਹਰ ਬੰਦਾ ਜਦੋਂ ਬਾਹਰੋਂ ਸ਼ਹਿਰ ਦੇ ਅੰਦਰ ਦਾਖਲ ਹੋਵੇ ਉਹਨੂੰ ਮਾਣ ਮਹਿਸੂਸ ਹੋਵੇ। ਮੇਰੀ ਇਹ ਡਿਊਟੀ ਆ ਕਿ ਜਿਹੜੇ ਅੰਮ੍ਰਿਤਸਰ ਦੇ ਸਾਡੇ ਵਪਾਰੀ ਨੇ, ਸਨਅਤਕਾਰ ਨੇ, ਸਾਡਾ ਯੂਥ ਹੈ, ਉਹਨਾਂ ਦੇ ਭਵਿੱਖ ਬਾਰੇ ਜਿਹੜੇ ਉਹ ਮਸਲੇ ਮਤਲਬ ਜਿਹੜੇ ਦਿੱਲੀ ਸਰਕਾਰ ਨਾਲ ਸੰਬੰਧਿਤ ਆ ਉਹ ਠੀਕ ਕਰਾਂਗੇ, ਉਹ ਲੈ ਕੇ ਆਵਾਂਗੇ। ਔਰ ਸਭ ਤੋਂ ਜ਼ਿਆਦਾ ਜ਼ਰੂਰੀ ਕਿ ਦਿੱਲੀ ਅਤੇ ਹਰਿਆਣੇ ਦੇ ਬਾਰਡਰ 'ਤੇ ਬੈਠੇ ਜਿਹੜੇ ਕਿਸਾਨ ਨੇ, ਮੈਂ ਕੋਸ਼ਿਸ਼ ਕਰੂੰਗਾ ਕਿ ਲੋਕ ਸਭਾ 'ਚ ਜਾ ਕੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣੂਗਾ, ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਅਤੇ ਖੇਤੀਬਾੜੀ ਪ੍ਰਧਾਨ ਸੂਬੇ ਦੇ ਵਿੱਚ ਕਿਸਾਨੀ ਜਿਹੜੀ ਅੱਜ ਸਟਰਗਲ ਕਰ ਰਹੀ ਹੈ ਉਹਨਾਂ ਨੂੰ ਬਚਾਉਣਾ ਜਿਹੜਾ ਬਹੁਤ ਜ਼ਰੂਰੀ ਹੈ, ਖੇਤੀਬਾੜੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਸੋ ਮੈਂ ਲੋਕ ਸਭਾ ਦੇ ਵਿੱਚ ਅੰਮ੍ਰਿਤਸਰ ਦੇ ਮੁੱਦੇ, ਅੰਮ੍ਰਿਤਸਰ ਦੇ ਵਿੱਚ ਸਨਅਤ ਨੂੰ ਲੈ ਕੇ ਆਉਣਾ ਮੁੜ, ਅੰਮ੍ਰਿਤਸਰ ਦੇ ਵਿੱਚ ਜਿਹੜਾ ਸਾਡਾ ਟ੍ਰੇਡ ਭਾਈਚਾਰਾ ਉਹਨੂੰ ਮਜ਼ਬੂਤ ਕਰਨਾ ਅਤੇ ਕਿਸਾਨੀ ਦੇ ਮਸਲੇ ਚੁੱਕਣੇ, ਇਹ ਮੇਰੀ ਪਹਿਲੀ ਡਿਊਟੀ। ਧਾਲੀਵਾਲ ਸਾਹਿਬ, ਬਹੁਤ ਲੋਕਾਂ ਨੇ ਦਾਅਵੇਦਾਰੀ ਠੋਕੀ ਸੀ ਕਿ ਪੰਜ ਮੰਤਰੀਆਂ ਨੂੰ ਮੌਕਾ ਮਿਲਿਆ ਅਤੇ ਤਿੰਨ ਕਾਂਗਰਸ ਜਿਹੜੇ ਆਏ ਨੇ, ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਆਗੂ ਘੱਟ ਸੀਗੇ ਜਾਂ ਵਿਸ਼ਵਾਸ ਜਿਤਾਇਆ ਨਹੀਂ ਗਿਆ? ਸਰ, ਅਸੀਂ ਆਗੂ ਨਹੀਂ, ਸਾਡੀ ਪਾਰਟੀ ਇੱਦਾਂ ਦੀ ਹੈ, ਸਾਡੀ ਪਾਰਟੀ ਦੇ ਵਿੱਚ ਮੰਤਰੀ ਵੀ ਉੱਦਾਂ ਆ, ਵਲੰਟੀਅਰ ਵੀ ਉੱਦਾਂ, MLA ਵੀ ਉੱਦਾਂ। ਅਸੀਂ ਕਦੀ ਆਪਣੇ ਆਪ ਨੂੰ ਮੰਤਰੀ ਨਹੀਂ ਸਮਝਦੇ, ਅਸੀਂ ਪਾਰਟੀ ਦੇ ਸਿਪਾਹੀ ਹਾਂ, ਪਾਰਟੀ ਦੇ ਵਲੰਟੀਅਰ ਹਾਂ, ਪਾਰਟੀ ਨੇ ਡਿਊਟੀ ਲਾਈ ਹੈ, ਪਾਰਟੀ ਦੀ ਜਿੱਤ ਹੋਊਗੀ। ਔਰ ਮਾਨ ਸਾਹਿਬ ਨੇ ਜਿਹੜਾ ਕਿਹਾ ਕਿ 13-0 ਪਹਿਲੀ ਵਾਰ ਪੰਜਾਬ ਦੇ ਇਤਿਹਾਸ 'ਚ ਹੋਣ ਜਾ ਰਿਹਾ, ਜਿੱਦਾਂ 92 ਪਹਿਲਾਂ ਜਿੱਤੀਆਂ ਸੀ, 13 ਦੀਆਂ 13 ਸੀਟਾਂ ਜਿਹੜੀਆਂ ਜਿੱਤ ਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜੀ ਦੀ ਝੋਲੀ 'ਚ ਉਹਨਾਂ 'ਚ ਵੇਖਣ ਵਾਲੀ ਕੋਈ ਚੀਜ਼ ਹੈਗੀ ਆ? ਦੱਸਿਓ ਜਦੋਂ ਵੇਖਣ ਵਾਲੀ ਹੈਗੀ ਆ? ਜਾਖੜ ਸਾਰੀ ਕਾਂਗਰਸ ਜਾੜ ਕੇ BJP 'ਚ ਆ ਗਿਆ, ਸੁਖਬੀਰ ਸਾਹਿਬ ਦਾ ਕੰਮ ਹੋ ਗਿਆ, ਕੀ ਵੇਖਣਾ ਉਹਨਾਂ ਦਾ? ਦੱਸੋ ਕਿਹੜਾ ਗੱਠਜੋੜ ਹੈ? ਸਾਰ ਉਹ ਗੱਠਜੋੜ ਕਰ ਲੈਣ, ਵੱਖੋ ਵੱਖਰੇ ਰਹਿਣ, ਸਾਡੀ ਸਿਹਤ ਤੇ ਕੋਈ ਫਰਕ ਨਹੀਂ। ਪੰਜਾਬ ਦੇ ਲੋਕ ਭਗਵੰਤ ਮਾਨ ਦੇ ਨਾਲ ਹੈ, ਉਹ 13 ਦੀਆਂ 13 ਜਿੱਤਾਂਗੇ। ਥੈਂਕ ਯੂ ਸਰ।